ਸਾਥੀਓ, ਹੁਣ ਆਪਾਂ ਗੱਲ ਕਰਾਂਗੇ ਜਹਾਲਤ ਦਾ ਹਨੇਰਾ ਕਦੋਂ ਮਿਟੇਗਾ। ਇੱਕ ਕਹਾਵਤ ਹੈ ਕਿ ਅਗਿਆਨਤਾ ਅੰਧ ਵਿਸ਼ਵਾਸ ਦੀ ਜਨਨੀ ਹੈ। ਚਾਰੇ ਪਾਸੇ ਅਗਿਆਨਤਾ ਦਾ ਜਾਲ ਫੈਲਿਆ ਹੋਣ ਦੀ ਗੱਲ ਹੈ ਜਿਹੜੀ, ਉਹ ਗੁਰੂ ਨਾਨਕ ਦੇਵ ਵੇਲੇ ਵੀ ਕੀਤੀ ਜਾਂਦੀ ਆ ਕਿ ਕੂੜ ਦਾ ਫਸਾਰਾ ਸੀ, ਚਾਰੇ ਪਾਸੇ ਜਿਹੜਾ ਸੀ ਉਹ ਜਹਾਲਤ ਦਾ ਹਨੇਰਾ ਫੈਲਿਆ ਹੋਇਆ ਸੀ। ਅੱਜ ਵੀ ਜੇ ਆਪਾਂ ਗੱਲ ਕਰੀਏ ਵਿਗਿਆਨਕ ਯੁੱਗ ਦੇ ਵਿੱਚ ਵੀ, ਅਜੇ ਵੀ ਸਾਡੀ ਜਹਾਲਤ ਹੈ ਜਿਹੜੀ, ਉਹਦਾ ਹਨੇਰਾ ਉਵੇਂ ਦਾ ਉਵੇਂ ਕਾਇਮ ਹੈ। ਮੈਂ ਕੱਲ੍ਹ ਹੀ ਇੱਕ ਵੀਡੀਓ ਦੇਖ ਰਿਹਾ ਸੀ ਜਿਹਦੇ ਵਿੱਚ ਇੱਕ 19 ਸਾਲ ਦੀ ਕੁੜੀ ਨੂੰ ਭੂਤ ਚਿੰਬੜਿਆ ਹੋਇਆ ਸੀ ਅਤੇ ਕੋਈ ਅਖੌਤੀ ਬਾਬਾ ਉਸ ਨੂੰ ਗੁੰਮਰਾਹ ਕਰਦੇ ਹੋਏ ਇਹ ਕਹਿ ਰਿਹਾ ਸੀ ਕਿ ਇਹ ਕਿਸੇ ਦਾ ਭੇਜਿਆ ਹੋਇਆ ਹੈ, ਅਤੇ ਸਿਰਫ ਇਕੱਲਾ ਨਹੀਂ 10 ਭੇਜੇ ਹੋਏ ਨੇ, ਅਤੇ ਉਹ ਆਪ ਹੀ ਉਸ ਕੁੜੀ ਦੇ ਮੂੰਹੋਂ ਇਹ ਵਾਰ ਵਾਰ ਕਹਾਈ ਜਾ ਰਿਹਾ ਸੀ ਕਿ ਇਹ ਚੌਥਾ ਭੂਤ ਸੀ ਅਤੇ ਸਭ ਤੋਂ ਸ਼ਕਤੀਸ਼ਾਲੀ ਭੂਤ ਸੀ। ਉਹੋ ਜਿਹੀ ਵੀਡੀਓ ਦੇਖ ਕੇ ਲੱਗਦਾ ਹੈ ਕਿ ਅੱਜ ਵੀ ਅਸੀਂ ਬਹੁਤ ਪੁਰਾਣੇ ਯੁੱਗ ਦੇ ਵਿੱਚ ਜੀ ਰਹੇ ਹਾਂ, ਕਿਉਂਕਿ ਅੱਜ ਵੀ ਸਾਡੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇੰਨੇ ਜ਼ਿਆਦਾ ਵਹਿਮਾਂ ਭਰਮਾਂ ਅੰਧ ਵਿਸ਼ਵਾਸਾਂ ਦੇ ਵਿੱਚ ਫਸੇ ਹੋਏ ਨੇ ਕਿ ਉੱਥੇ ਜਹਾਲਤ ਦਾ ਹਨੇਰਾ ਹੈ ਜਿਹੜਾ, ਉਹ ਪਤਾ ਨਹੀਂ ਅਜੇ ਕਿੰਨਾ ਸਮਾਂ ਕਾਇਮ ਰਹੇਗਾ। ਮੈਨੂੰ ਯਾਦ ਆ ਰਿਹਾ ਜਦੋਂ ਅਸੀਂ ਹਰਿਆਣਾ ਦੇ ਵਿੱਚ ਰੈਸ਼ਨਲਿਸਟ ਸੋਸਾਇਟੀ ਦੀ ਮੀਟਿੰਗ ਕਰ ਰਹੇ ਸੀ ਕੈਥਲ ਦੇ ਵਿੱਚ, ਤਾਂ ਉੱਥੇ ਇੱਕ ਸਾਥੀ ਸੀ ਜਿਹੜਾ ਵਕੀਲ ਸੀ ਹਾਈ ਕੋਰਟ ਦਾ, ਅਤੇ ਉਹ ਸਾਨੂੰ ਕਹਿ ਰਿਹਾ ਸੀ ਤੁਸੀਂ ਆਪਣੀ ਐਨਰਜੀ ਨੂੰ ਐਵੇਂ ਹੀ ਵੇਸਟ ਕਰੀ ਜਾ ਰਹੇ ਹੋ, ਅੱਜ ਕੌਣ ਭੂਤਾਂ ਨੂੰ ਮੰਨਦਾ ਹੈ। ਪਰ ਅਸੀਂ ਉਸਨੂੰ ਦੱਸਿਆ ਕਿ ਪਿੰਡਾਂ ਦੇ ਵਿੱਚ ਜਾ ਕੇ ਦੇਖੋ, ਤੁਹਾਨੂੰ ਪਤਾ ਲੱਗੇਗਾ ਅੱਜ ਵੀ ਕਿੰਨੇ ਔਰਤਾਂ ਨੂੰ ਇਹ ਅਖੌਤੀ ਭੂਤ ਚਿੰਬੜਦੇ ਨੇ। ਦੋਸਤੋ, ਜਦੋਂ ਕੋਈ ਬੰਦਾ ਥੋੜ੍ਹਾ ਜਿਹਾ ਪੜ੍ਹੇ ਲਿਖੇ ਦਾਇਰੇ 'ਚ ਰਹਿੰਦਾ ਹੋਵੇ, ਵਿਗਿਆਨਕ ਸੋਚ ਦੇ ਵਿੱਚ ਰਹਿੰਦਾ ਹੋਵੇ, ਉਦੋਂ ਉਹਨੂੰ ਲੱਗਦਾ ਹੈ ਕਿ ਦੁਨੀਆ ਤੋਂ ਜਹਾਲਤ ਦਾ ਹਨੇਰਾ ਮਿਟ ਗਿਆ ਹੈ, ਹੁਣ ਸ਼ਾਇਦ ਕੋਈ ਨਹੀਂ ਇਹਨਾਂ ਚੀਜ਼ਾਂ ਨੂੰ ਮੰਨਦਾ ਹੋਣਾ। ਪਰ ਦੂਸਰੇ ਪਾਸੇ ਜਦੋਂ ਅਸੀਂ ਅਜੇ ਵੀ ਪਛੜੇ ਇਲਾਕਿਆਂ ਦੇ ਵਿੱਚ ਜਾਂਦੇ ਹਾਂ, ਪੇਂਡੂ ਇਲਾਕਿਆਂ ਦੇ ਵਿੱਚ ਜਾਂਦੇ ਹਾਂ, ਉੱਥੇ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਹਾਲਤ ਦਾ ਹਨੇਰਾ ਅੱਜ ਵੀ ਕਾਇਮ ਹੈ, ਅਤੇ ਇਹਨੂੰ ਕਾਇਮ ਰੱਖਣ ਵਾਲੇ ਅਖੌਤੀ ਸਿਆਣੇ ਨੇ ਜਿਹੜੇ, ਉਹ ਬੜੇ ਧੜੱਲੇ ਨਾਲ ਆਪਣਾ ਕਾਰੋਬਾਰ ਚਲਾ ਰਹੇ ਨੇ, ਭਾਵੇਂ ਕਾਨੂੰਨ ਹੈਗਾ ਉਹਨਾਂ ਦੇ ਖਿਲਾਫ, ਸੰਵਿਧਾਨ ਦੀ ਧਾਰਾ 51 ਕੈਦ ਅਨੁਭਾਗ 8 ਜਿਹਦੇ ਤਹਿਤ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ ਕਿ ਤਾਰਕਿਕ ਅਤੇ ਵਿਗਿਆਨਕ ਵਿਚਾਰਧਾਰਾ ਰੱਖੀਏ, ਗਿਆਨ ਅਰਜਨ ਦੀ ਭਾਵਨਾ ਦਾ ਵਿਕਾਸ ਕਰੀਏ, ਸੁਧਾਰ ਦੀ ਭਾਵਨਾ ਦਾ ਵਿਕਾਸ ਕਰੀਏ। ਪਰ ਅੱਜ ਵੀ ਹਮੇਸ਼ਾ ਪੜ੍ਹ ਲਿਖਣ ਜਾਣ ਤੋਂ ਬਾਅਦ ਵੀ ਬਹੁਤ ਸਾਰੇ ਲੋਕ ਨੇ ਜਿਹੜੇ, ਉਹਨਾਂ ਦੀ ਵਿਚਾਰਧਾਰਾ ਤਾਰਕਿਕ ਅਤੇ ਵਿਗਿਆਨਕ ਨਹੀਂ ਬਣਦੀ, ਉਹ ਵੀ ਇਹਨਾਂ ਗੱਲਾਂ 'ਚ ਵਿਸ਼ਵਾਸ ਕਰਦੇ ਨੇ, ਉਹ ਵੀ ਆਪਣੇ ਮਰੀਜ਼ਾਂ ਨੂੰ ਇਹੋ ਜਿਹੇ ਅਖੌਤੀ ਸਿਆਣਿਆਂ ਕੋਲ ਲੈ ਕੇ ਜਾਂਦੇ ਨੇ। ਅਤੇ ਉਹ ਜਿਹੜੀ ਕੁੜੀ ਦੀ ਮੈਂ ਗੱਲ ਕੀਤੀ ਹੈ, ਉਹ ਵੀ ਪੜ੍ਹੀ ਹੋਈ ਲੱਗਦੀ ਹੈ ਕੁੜੀ, ਪਰ ਉਹਨਾਂ ਦੀ ਸੋਚ ਇੰਨੀ ਜ਼ਿਆਦਾ ਰੂੜੀਵਾਦੀ ਹੈ, ਇੰਨੀ ਜ਼ਿਆਦਾ ਪਿਛਾਂ ਖਿੱਚੂ ਹੈ ਕਿ ਉਹਨਾਂ ਨੂੰ ਲੱਗਣ ਲੱਗ ਪੈਂਦਾ
ਕਿ ਸੱਚਮੁੱਚ ਹੀ ਇਹ ਭੂਤ ਕਿਸੇ ਦੁਆਰਾ ਛੱਡੇ ਜਾਂਦੇ ਹੈ ਦੂਜਿਆਂ ਨੂੰ ਦੁੱਖ ਦੇਣ ਲਈ, ਅਤੇ ਬਾਬਾ ਲੋਕ ਨੇ ਜਿਹੜੇ ਇਸ ਤਰ੍ਹਾਂ ਦੇ ਅਖੌਤੀ ਸਿਆਣੇ ਲੋਕ ਉਹ ਇਹਨਾਂ ਨੂੰ ਕਾਬੂ ਕਰ ਲੈਂਦੇ ਆ। ਅਤੇ ਉਹ ਬੜੇ ਦਾਅਵੇ ਨਾਲ ਇਹ ਕਹਿ ਰਿਹਾ ਸੀ ਕਿ ਹਾਂ ਮੈਂ ਇਸ ਨੂੰ ਇੱਥੇ ਹੀ ਰੱਖ ਲਊਂਗਾ ਆਪਣੇ ਡੇਰੇ ਦੇ ਵਿੱਚ, ਅਤੇ ਉਹ ਆਪਣਾ ਪ੍ਰਚਾਰ ਕਰ ਰਿਹਾ ਸੀ। ਦੋਸਤੋ, ਜਦ ਤੱਕ ਇਸ ਤਰ੍ਹਾਂ ਦੇ ਲੋਕ ਹੈ ਜਿਹੜੇ ਖੁੱਲ੍ਹੇਆਮ ਕੰਮ ਕਰਦੇ ਰਹਿਣਗੇ ਤਦ ਤੱਕ ਜਹਾਲਤ ਦਾ ਹਨੇਰਾ ਨਹੀਂ ਮਿਟ ਸਕਦਾ, ਕਿਉਂਕਿ ਸਰਕਾਰ ਨੇ ਇਹਨਾਂ ਦੇ ਉੱਤੇ ਕੋਈ ਲਗਾਮ ਨਹੀਂ ਕਸੀ ਹੋਈ। ਸਿਰਫ ਤਰਕਸ਼ੀਲ ਸੰਸਥਾਵਾਂ ਹੀ ਨੇ ਜਿਹੜੀਆਂ ਇਹਨਾਂ ਲੋਕਾਂ ਨੂੰ ਚੈਲੰਜ ਕਰਦੀਆਂ ਨੇ, ਵੰਗਾਰਦੀਆਂ ਨੇ, ਇਹਨਾਂ ਦੀ ਪੋਲ ਖੋਲ੍ਹਦੀਆਂ ਨੇ, ਇਹਨਾਂ ਦੇ ਕਾਲੇ ਚਿੱਠਿਆਂ ਨੂੰ ਨੰਗਾ ਕਰਦੀਆਂ ਨੇ। ਪਰ ਸਰਕਾਰਾਂ ਜੇ ਸਾਥ ਦੇਣ ਤਦ ਜਾ ਕੇ ਇਹ ਜਹਾਲਤ ਦਾ ਹਨੇਰਾ ਮਿਟ ਸਕਦਾ ਹੈ, ਨਹੀਂ ਤਾਂ ਸਾਥੀਓ ਹਮੇਸ਼ਾ ਹੀ ਇਸ ਤਰ੍ਹਾਂ ਦੇ ਲੋਕ ਹੈ ਜਿਹੜੇ ਉਹ ਰਹਿਣਗੇ। ਜਿੰਨਾ ਮਰਜ਼ੀ ਯੁੱਗ ਵਿਗਿਆਨਕ ਹੋ ਜਾਏ, ਉਹ ਲੋਕ ਹਮੇਸ਼ਾ ਹੀ ਉਹਨਾਂ ਜਾਲਾਂ ਦੇ ਵਿੱਚ ਫਸੇ ਰਹਿਣਗੇ। ਅਤੇ ਸਾਡੇ ਤਾਂ ਦੇਸ਼ ਦੇ ਵਿੱਚ ਸੈਂਟਰ ਬਣੇ ਹੋਏ ਨੇ ਭੂਤ ਕੱਢਣ ਦੇ, ਅਤੇ ਬੜੀ ਹੈਰਾਨੀ ਹੁੰਦੀ ਹੈ ਜਦੋਂ ਉੱਤਰ ਪ੍ਰਦੇਸ਼ ਦੇ ਵਿੱਚ ਬਹੁਤ ਸਾਰੇ ਜਿਹੜੇ ਮੁਸਲਮਾਨਾਂ ਦੇ ਸੈਂਟਰ ਬਣਾਏ ਹੋਏ ਆ ਭੂਤ ਕੱਢਣ ਦੇ, ਹਿੰਦੂਆਂ ਦਾ ਬਾਲਾਜੀ ਰਾਜਸਥਾਨ ਦੇ ਵਿੱਚ ਸੈਂਟਰ ਹੈ, ਅਤੇ ਅਖੌਤੀ ਜਿਹੜੇ ਸਿੱਖ ਨੇ ਉਹ ਡੇਰਾ ਸਾਹਿਬ ਜਾਂਦੇ ਆ ਹਿਮਾਚਲ ਦੇ ਵਿੱਚ, ਡੇਰਾ ਵਡਭਾਗ ਸਿੰਘ ਉੱਥੇ ਆਪਣੇ ਭੂਤ ਕਢਵਾ ਕੇ ਆਉਂਦੇ ਆ। ਜਦੋਂ ਤੱਕ ਇਸ ਤਰ੍ਹਾਂ ਦੇ ਹੈੱਡਕੁਆਰਟਰ ਬਣੇ ਰਹਿਣਗੇ ਦੋਸਤੋ, ਜਹਾਲਤ ਦਾ ਹਨੇਰਾ ਕਾਇਮ ਰਹੇਗਾ। ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਆਪਣੀ ਸੋਚ ਨੂੰ ਤਾਰਕਿਕ ਅਤੇ ਵਿਗਿਆਨਕ ਬਣਾ ਲਈਏ, ਅਤੇ ਵੱਧ ਤੋਂ ਵੱਧ ਲੋਕਾਂ ਨੂੰ ਅਵੇਅਰ ਕਰੀਏ। ਮੈਨੂੰ ਯਾਦ ਹੈ ਬਹੁਤ ਸਾਰੇ ਸਾਡੇ ਨਵੇਂ ਸਾਥੀ ਜਿਹੜੇ ਆਉਂਦੇ ਹੁੰਦੇ ਸੀ, ਨਵੇਂ ਤਰਕਸ਼ੀਲ ਬਣਦੇ ਸੀ, ਉਹਨਾਂ ਦੇ ਵਿੱਚ ਬੜਾ ਜੋਸ਼ ਹੁੰਦਾ ਸੀ, ਅਤੇ ਉਹ ਅਕਸਰ ਇਹ ਸ਼ਿਕਾਇਤ ਕਰਦੇ ਸੀ ਕਿ ਲੋਕ ਕਿੱਡੇ ਮੂਰਖ ਨੇ, ਉਹ ਸਮਝਦੇ ਨਹੀਂ ਹੈ, ਸਮਝਾਉਣ ਦੇ ਬਾਵਜੂਦ ਵੀ ਸਮਝਦੇ ਨਹੀਂ ਹੈ। ਅਤੇ ਉਹਨਾਂ ਨੂੰ ਕਾਹਲੀ ਹੁੰਦੀ ਸੀ ਕਿ ਰਾਤੋ ਰਾਤ ਸਾਰੇ ਲੋਕਾਂ ਨੂੰ ਤਰਕਸ਼ੀਲ ਬਣਾ ਲੈਣ। ਪਰ ਦੋਸਤੋ, ਐਵੇਂ ਨਹੀਂ ਹੁੰਦਾ। ਜਹਾਲਤ ਦਾ ਇਹ ਹਨੇਰਾ ਮਿਟਾਉਣ ਵਾਸਤੇ ਸਦੀਆਂ ਲੱਗ ਜਾਂਦੀਆਂ ਨੇ। ਇਸ ਕਰਕੇ ਸਾਨੂੰ ਹਮੇਸ਼ਾ ਹੀ ਬੜੇ ਠਰੰਮੇ ਦੇ ਨਾਲ ਆਪਣੇ ਠੋਸ ਤਰਕ ਅਤੇ ਦਲੀਲਾਂ ਦੇ ਨਾਲ ਇਹਨਾਂ ਪਖੰਡੀਆਂ ਨੂੰ ਹਰਾਉਣਾ ਪਏਗਾ, ਅਤੇ ਆਪਣੀ ਜਨਤਾ ਨੂੰ ਸਮਝਾਉਣਾ ਪਏਗਾ। ਫਿਰ ਕਿਤੇ ਜਾ ਕੇ ਜਹਾਲਤ ਦਾ ਇਹ ਹਨੇਰਾ ਹੈ ਜਿਹੜਾ ਇਹ ਮਿਟ ਸਕਦਾ ਹੈ, ਨਹੀਂ ਤਾਂ ਸਾਥੀਓ ਇਸੇ ਦੁਨੀਆ ਦੇ ਉੱਤੇ ਵਿਗਿਆਨਕ ਸੋਚ ਵਾਲੇ ਲੋਕ ਤਾਂ ਹਮੇਸ਼ਾ ਚੰਦ 'ਤੇ ਪਲਾਟ ਕੱਟਣ ਦੀ ਗੱਲ ਕਰਦੇ ਹੋਣਗੇ, ਅਤੇ ਦੂਸਰੇ ਪਾਸੇ ਉਹ ਲੋਕ ਵੀ ਰਹਿਣਗੇ ਜਿਹੜੇ ਚੰਦ ਨੂੰ ਦੇਖ ਕੇ ਵਰਤ ਤੋੜਨਗੇ, ਚੰਦ ਨੂੰ ਦੇਖ ਕੇ ਰੋਟੀ ਖਾਣਗੇ। ਇਸ ਕਰਕੇ ਦੋਸਤੋ, ਇਹ ਜਿਹੜੀ ਸੋਚ ਦਾ ਅੰਤਰ ਹੈ ਇਹ ਤਦੇ ਮਿਟ ਸਕਦਾ ਹੈ ਜੇ ਅਸੀਂ ਵੱਧ ਤੋਂ ਵੱਧ ਇਸ ਅਗਿਆਨਤਾ ਦੇ ਹਨੇਰੇ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਏ। ਅਤੇ ਤਰਕਸ਼ੀਲ ਮਾਨਵਤਾਵਾਦੀ ਵਿਗਿਆਨਕ ਸੋਚ ਵਾਲੀਆਂ ਸੰਸਥਾਵਾਂ ਦਾ ਇਹ ਜਿਹੜਾ ਰੋਲ ਹੈ ਇਹ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਹੈ। ਸੋ ਇੱਕ ਗੱਲ ਮੈਂ ਬੜੇ ਦਾਅਵੇ ਨਾਲ ਆਖ ਸਕਦਾ ਕਿ ਅੱਜ ਕਿਤੇ ਵੀ ਕੋਈ ਵੀ ਇਸ ਤਰ੍ਹਾਂ ਦਾ ਪਖੰਡੀ ਪਖੰਡ ਰਚ ਰਿਹਾ ਹੋਵੇ ਜਾਂ ਕਿਤੇ ਰਹੱਸਮਈ ਘਟਨਾਵਾਂ ਵਾਪਰਦੀਆਂ ਹੋਣ, ਇੱਟਾਂ ਰੋੜੇ ਵੱਜਦੇ ਹੋਣ, ਅੱਗਾਂ ਲੱਗਦੀਆਂ ਹੋਣ, ਜਾਂ ਕੋਈ ਪੁਨਰ ਜਨਮ ਦੀ ਘਟਨਾ ਹੋਵੇ, ਅਤੇ ਸਾਡੀ ਜਨਤਾ ਨੂੰ ਇੰਨਾ ਕੁ ਪਤਾ ਲੱਗ ਚੁੱਕਿਆ ਕਿ ਤਰਕਸ਼ੀਲਾਂ ਨੂੰ ਬੁਲਾਓ ਅਤੇ ਉਹ ਇਸ ਕੇਸ ਨੂੰ ਹੱਲ ਕਰ ਦੇਣਗੇ। ਯਾਨੀ ਥੋੜ੍ਹੇ ਜਿਹੇ ਸਾਲਾਂ ਦੇ ਵਿੱਚ ਹੀ ਤਰਕਸ਼ੀਲ ਸੰਸਥਾਵਾਂ ਨੇ ਐਡਾ ਵੱਡਾ ਰੋਲ ਅਦਾ ਕੀਤਾ ਹੈ
ਕਿ ਉਹਨਾਂ ਨੇ ਆਪਣੀ ਇੱਕ ਵੱਖਰੀ ਪਛਾਣ ਬਣਾ ਲਈ ਹੈ ਅਤੇ ਵੱਡੇ ਤੋਂ ਵੱਡੇ ਬਾਬੇ ਵੀ ਅੱਜ ਤਰਕਸ਼ੀਲਾਂ ਤੋਂ ਡਰਦੇ ਨੇ ਤਾਂ ਕਿ ਉਹਨਾਂ ਦੀਆਂ ਪੋਲਾਂ ਨਾ ਖੁੱਲ੍ਹਣ। ਸੋ ਦੋਸਤੋ, ਅਗਿਆਨਤਾ ਦਾ ਇਸ ਹਨੇਰਾ ਮਿਟਾਉਣ ਦੇ ਵਿੱਚ ਤੁਸੀਂ ਸਾਡਾ ਸਹਿਯੋਗ ਦਿਓ ਅਤੇ ਅਸੀਂ ਤੁਹਾਨੂੰ ਗਿਆਨ ਦੀ ਰੋਸ਼ਨੀ ਦੇ ਵਿੱਚ ਹੋਰ ਅੱਗੇ ਲਿਜਾਂਦੇ ਰਹਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ, ਸੂਈ ਸਵੇਰ ਲੋਕ ਪੱਖੀ ਮੀਡੀਆ ਦਾਰਾ ਹੈ। ਲੋਕ ਪੱਖ ਦੀ ਸਪੇਸ ਹਮੇਸ਼ਾ ਬਣੀ ਰਹੇ, ਬਚੀ ਰਹੇ ਅਤੇ ਜਿਹੜੇ ਮੁਤਬਾਦਨ ਸਿਆਸਤ ਨੂੰ ਇਹ ਕਵਰ ਕਰਦਾ ਵਾ, ਜਿਹੜੇ ਮਸਲੇ ਵੱਡਾ ਮੀਡੀਆ ਨਹੀਂ ਕਵਰ ਕਰਦਾ, ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਕਵਰ ਕੀਤਾ ਜਾਵੇ। ਇਹ ਅਦਾਰਾ ਬਿਨਾਂ ਕਿਸੇ ਸਰਕਾਰੀ ਕਾਰਪੋਰੇਟ ਸਹਿਯੋਗ ਤੋਂ ਜਾਂ ਐਡ ਤੋਂ ਚੱਲਦਾ ਵਾ। ਸਾਡਾ ਮੰਨਣਾ ਕਿ ਜੇਕਰ ਲੋਕ ਪੱਖ ਦੇ ਲਈ ਕੰਮ ਹੋਵੇ ਤਾਂ ਜਿਹੜਾ ਲੋਕਾਂ ਦਾ ਹੀ ਸਹਿਯੋਗ ਲਿਆ ਜਾਵੇ। ਸੋ ਅਸੀਂ ਤੁਹਾਨੂੰ ਗੁਜ਼ਾਰਿਸ਼ ਕਰਦੇ ਹਾਂ, ਇਲਤਜਾ ਕਰਦੇ ਹਾਂ ਕਿ ਤੁਸੀਂ ਸਾਡੇ ਮੀਡੀਆ ਗਰੁੱਪ ਨੂੰ ਆਪਣੇ ਵੱਲੋਂ ਜਿਹੜਾ ਸਹਿਯੋਗ ਰਾਸ਼ੀ ਦਿਵੋ। ਸਾਡਾ ਜਿਹੜਾ ਅਕਾਊਂਟ ਹੈ ਉਹ ਅਕਾਊਂਟ ਨੰਬਰ ਸਾਹਮਣੇ ਲਿਖਿਆ ਹੋਇਆ ਵਾ। ਸੋ ਇੱਥੇ ਤੁਸੀਂ ਜਿਹੜਾ ਹੈਗਾ ਸਾਨੂੰ ਜਿਹੜਾ ਰਾਸ਼ੀ ਦੇ ਕੇ ਸਾਡੇ ਮੀਡੀਆ ਗਰੁੱਪ ਨੂੰ ਤਕੜਾ ਕਰ ਸਕਦੇ ਹਾਂ, ਤਾਂ ਜੋ ਕਿ ਅਸੀਂ ਹੋਰ ਬਹੁਤ ਸਾਰੇ ਜਿਹੜੇ ਮਸਲੇ ਨੇ ਸਾਡੇ ਧਰੇ ਧਰਾਏ ਪਏ ਆ, ਉਹਨਾਂ ਉੱਤੇ ਵੀ ਆਉਂਦੇ ਸਮੇਂ ਦੇ ਵਿੱਚ ਅਸੀਂ ਹੋਰ ਵਧੀਆ ਢੰਗ ਨਾਲ ਜਿਹੜਾ ਹੈਗਾ ਤੁਹਾਨੂੰ ਜਿਹੜੀ ਰਿਪੋਰਟਿੰਗ ਪੱਤਰਕਾਰੀ ਆਪਣੀ ਕਰਕੇ ਦੇ ਸਕੀਏ।